ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਇਹ ਰੇਡੀਓ ਡਾਕੂਮੈਂਟਰੀ ਸੀਰੀਜ਼ ਨਵੰਬਰ 1984 ਸਿੱਖ ਕਤਲੇਆਮ ਦੀਆਂ ਘਟਨਾਵਾਂ ਨਾਲ ਸੰਬੰਧਿਤ ਹੈ ਅਤੇ ਇਸ ਦਾ ਮਕਸਦ ਕੋਈ ਜਜਮੈਂਟ ਦੇਣਾ ਨਹੀਂ, ਕਿਉਂਕਿ ਇਸ ਵੇਲੇ ਇਸ ਸੰਬੰਧੀ ਵੱਖ-ਵੱਖ ਭਾਰਤੀ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ। ਜੀ ਮੀਡੀਆ ਗਰੁੱਪ ਅਤੇ ਰੇਡੀਓ ਰਮਜ਼ ਪੰਜਾਬੀ ਦਾ ਕਿਸੇ ਵੀ ਬੁਲਾਰੇ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਅਤੇ ਨਾ ਹੀ ਸਾਡਾ ਮਕਸਦ ਕਿਸੇ ਦੀਆਂ ਵਿਅਕਤੀਗਤ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। Cloud of smoke hung over New Delhi for most of the day. Fires burning in many districts. Mrs. Gandhi was a Hindu. Her two killers were Sikhs, and the overwhelming Hindu majority in the capital was wasting little time gaining revenge. The police were largely ineffective, often taking no action against the mobs, and only occasionally was a shop saved. ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਰਣਜੀਤ ਕੌਰ ਸੋਨੀ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੇਡੀਓ ਡਾਕੂਮੈਂਟਰੀ ਇਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ। ਅੱਜ ਤੁਸੀਂ ਇਸ ਡਾਕੂਮੈਂਟਰੀ ਦੇ ਵਿੱਚ ਬਾਬੂ ਸਿੰਘ ਦੁਖੀਆ ਜੀ ਨਾਲ ਮੁਲਾਕਾਤ ਸੁਣੋਗੇ, ਜੋ ਕਿ 1984 ਦੇ ਪੀੜਤ ਨੇ ਅਤੇ ਇਨਸਾਫ਼ ਦੀ ਮੰਗ ਕਰ ਰਹੇ ਨੇ। ਆਓ ਸੁਣਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। 1984 ਸਿੱਖ ਕਤਲੇਆਮ, ਅਜਿਹਾ ਮੁੱਦਾ ਜਿਹੜਾ ਅੱਜ ਤੱਕ ਜ਼ਿੰਦਾ ਹੈ, ਪਰ ਨਾ ਹੀ ਇੱਕ ਹੋਰ ਤਰਾਸਦੀ ਇਹ ਹੈ ਕਿ ਇਹਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਤੁਸੀਂ ਕੀ ਸਮਝਦੇ ਆ ਆਪਣੇ ਵਿਜ਼ਨ ਦੇ ਮੁਤਾਬਕ ਕਿ ਕਿੱਥੋਂ ਸ਼ੁਰੂਆਤ ਹੋਈ ਹੈ? ਦੇਖੋ ਜੀ, ਹਰ ਘਟਨਾਵਾਂ ਦੀ ਕੋਈ ਇੱਕਦਮ ਕੋਈ ਚੀਜ਼ ਜਾਪਣੀ ਪੈਂਦੀ ਹੈ ਜੀ। ਹਰ ਚੀਜ਼ ਦਾ ਇੱਕ ਸਿਸਟਮ ਇੱਥੇ ਦੇ ਲੋਕਾਂ ਨੇ, ਇੱਥੇ ਦੀ ਮਸ਼ੀਨਰੀ ਨੇ ਜਾਂ ਬੰਦਿਆਂ ਨੇ ਜੋ ਇਸ ਕੰਮ ਕਰਦੇ ਨੇ, ਉਹਨਾਂ ਨੇ ਆਪਣਾ ਇੱਕ ਪਹਿਲੇ ਇੱਕ ਡਰਾਮਾ ਜਦੋਂ ਕੋਈ ਕਰਨਾ ਹੁੰਦਾ ਹੈ, ਕੋਈ ਖੇਲ ਕਰਨਾ ਹੁੰਦਾ ਹੈ, ਕੋਈ ਕਤਲੇਆਮ ਕਰਨਾ ਹੁੰਦਾ ਹੈ, ਕੋਈ ਵੀ ਚੀਜ਼ ਕਰਦੇ ਤੇ ਉਹਦੇ ਵਾਸਤੇ ਪਹਿਲੇ ਤਿਆਰੀ ਕਰਦੇ ਨੇ ਜੀ। ਔਰ ਤਿਆਰੀ ਦੇ ਵਿੱਚ ਮੈਂ ਸਮਝਦਾ ਹਾਂ ਕਿ ਇਹ ਕੋਈ ਨਵਾਂ ਕੰਮ ਨਹੀਂ ਸੀ, ਇਹ ਸ਼ੁਰੂਆਤ ਹੋ ਗਈ ਜਦੋਂ ਹਿੰਦੁਸਤਾਨ ਔਰ ਪਾਕਿਸਤਾਨ ਦੀ ਵੰਡ ਹੋਈ ਹੈ। ਵੰਡ ਦੇ ਵੇਲੇ ਸਭ ਤੋਂ ਪਹਿਲੇ ਪੰਜਾਬ ਦੇ ਟੁਕੜੇ ਟੁਕੜੇ ਕੀਤੇ ਗਏ। ਇੰਨਾ ਵੱਡਾ ਪਹਾੜ ਪੰਜਾਬ ਸੀ, ਉਹਨੂੰ ਉਹਦੇ ਕਿੰਨੀ ਸਟੇਟਾਂ ਬਣਾ ਦਿੱਤੀਆਂ। ਇੱਕ ਤਾਂ ਉਹ ਟੀਸ ਲੋਕਾਂ ਨੂੰ ਖਾਈ ਜਾ ਰਹੀ ਸੀ ਅੰਦਰੋਂ ਅੰਦਰ ਕਿ ਸਾਡੇ ਪੰਜਾਬ ਦਾ ਜੋ ਇੰਨਾ ਵੱਡੀ ਸਟੇਟ ਸੀ ਤੇ ਜਿਹਨੂੰ ਅੰਗਰੇਜ਼ ਵੀ ਕਾਬੂ ਨਹੀਂ ਕਰ ਸਕੇ, ਹੋਰ ਨਹੀਂ ਕਰ ਸਕੇ, ਤੇ ਉਹਦਾ ਇਹ ਆਪਣੇ ਦੇਸ਼ ਦੇ ਵਿੱਚ ਆਣ ਕੇ ਆਪਣਾ ਮੁਲਕ ਆਜ਼ਾਦ ਕਰਾਉਣ ਵਿੱਚ ਜੋ ਸਭ ਕੁਛ ਆਪਾਂ ਵਾਰ ਦਿੱਤਾ, ਪਰ ਇੱਥੇ ਹਿੰਦੁਸਤਾਨ ਵਿੱਚ ਸ਼ਾਮਿਲ ਹੋਣ ਦੇ ਬਾਅਦ ਸਾਡਾ ਕੀ ਕੀਤਾ ਜਾ ਰਿਹਾ, ਇਹ ਦਰਦ ਲੋਕਾਂ ਨੂੰ ਅੰਦਰੋਂ ਅੰਦਰ ਖਾਇਆ ਜਾ ਰਿਹਾ ਸੀ। ਦੂਸਰੀ ਗੱਲ, ਜੋ ਪਾਣੀ ਦਾ ਹਾਲ ਇਹ ਕਰ ਰਹੇ ਸੀ ਆਪਣੇ ਪੰਜਾਬ ਦੇ ਕਿਸਾਨਾਂ ਨਾਲ, ਪੰਜਾਬ ਦੀ ਜੇ ਗੱਲ ਕਰੀਏ ਤਾਂ ਵੈਸੇ ਮੈਨੂੰ ਕਹਿਣੀ ਨਹੀਂ ਚਾਹੀਦੀ, ਪਰ ਮੇਰਾ ਆਪਣਾ ਅੰਦਰੋਂ ਨਹੀਂ ਮਨ ਮੰਨਦਾ ਹੈ ਬਈ ਸਿੱਖਾਂ ਨਾਲ, ਕਿਉਂਕਿ ਉਸ ਪੰਜਾਬ ਦਾ ਜ਼ਿਆਦਾਤਰ ਵਸਨੀਕ ਸਿੱਖ ਹੈ। ਉਹ ਚਾਹੇ ਮੋਨਾ ਹੋਇਆ ਹੋਇਆ, ਚਾਹੇ ਉਹ ਕੇਸਾਧਾਰੀ ਹੈ, ਪਰ ਉਹ ਸਿੱਖ ਰਿਲੇਟਡ ਜ਼ਿਆਦਾ ਹੈ। ਸਾਰਾ ਕੁਛ ਕੰਮ ਉਹਨਾਂ ਦੇ ਨਾਲ ਸਰਕਾਰ ਹੋਏ ਆਪਣੇ ਦੇਸ਼ ਦੀ, ਤੇ ਉਹ ਵੰਡ ਕਰੀ ਜਾਏ, ਟੁਕੜੇ ਕਰੀ ਜਾਏ, ਪਾਣੀ ਖੋਈ ਜਾਏ, ਉਹਦੇ ਬਾਅਦ ਅੱਤ ਹੋ ਗਈ ਨਿਰੰਕਾਰਿਆ ਵਾਲੇ ਮਾਮਲੇ ਜੀ। ਤੇ ਉਹੀ ਕੰਮ ਉਹ ਨਿਰੰਕਾਰਿਆ ਨੇ ਕੀਤਾ। ਫਿਰ ਜਦੋਂ ਨਿਰੰਕਾਰਿਆ ਨੇ ਇਹ ਦੇਖੋ ਕਿ ਜੋ ਵਿਰੋਧ ਕਰ ਰਹੇ ਸੀ ਜਾਂ ਉਹਨੂੰ ਉਹਦਾ ਉਹਨਾਂ ਨੇ ਇਹਨਾਂ ਨੂੰ ਮਾਰ ਵੀ ਮੁਕਾਇਆ, ਬੰਦੇ ਮਾਰੇ ਗਏ, ਉਹ ਬੰਦੇ ਜੋ ਨਿਰੰਕਾਰੀਆਂ ਨੇ ਜੋ ਬੰਦੇ ਮਾਰੇ, ਉਹ ਇੱਕ ਸ਼ੁਰੂਆਤ ਹੋ ਗਈ ਨਵੇਂ ਤੌਰ ਦੀ ਹਿੰਦੁਸਤਾਨ ਦੀ ਆਜ਼ਾਦੀ ਦੇ ਬਾਅਦ। ਜਦੋਂ ਕੋਈ ਗੱਲਾਂ ਖਤਮ ਹੋ ਗਈਆਂ ਤੇ ਨਿਰੰਕਾਰੀਆਂ ਵਾਲਾ ਜੋ ਕਾਂਡ ਹੋਇਆ ਉਹ ਸਭ ਤੋਂ ਵੱਡਾ ਸ਼ੁਰੂਆਤ ਦਾ ਇੱਕ ਕਾਰਨ ਬਣ ਗਿਆ ਜੀ। ਉਧਰ ਤੋਂ ਸਿੱਖਾਂ ਨੇ ਆਪਣੀ ਹੋਂਦ ਲੜਕਾਉਣ ਵਾਲਿਆਂ ਨੂੰ ਕਦੇ ਬਖਸ਼ਿਆ ਨਹੀਂ, ਉਹ ਫਿਰ ਹੋਂਦ ਲੜਕਾਉਣ ਦੀ ਗੱਲ ਕਰਕੇ ਉਹ ਗੱਲ ਅੱਗੇ ਵੱਧਦੀ ਗਈ। ਇਹ ਇਸ ਤਰ੍ਹਾਂ ਹੀ ਜੋ ਗੱਲ ਵੱਧਦੀ ਗਈ ਤੇ ਉਹਦਾ ਸਰਕਾਰਾਂ ਨੇ ਇਹ ਹੱਲ ਕੱਢਿਆ ਵੀ ਚਲੋ ਇਹਨਾਂ ਨੂੰ ਹੋਰ ਕਿਸੇ ਮਾਮਲੇ 'ਚ ਉਲਝਾਈ ਹੀ ਰੱਖੋ ਹਰ ਤੇ। ਉਹ ਹੋਈ ਗੱਲ ਚਲਦੀ ਚਲਦੀ ਹਰਿਆਣਾ ਪੰਜਾਬ ਨਾਲ, ਚੰਡੀਗੜ੍ਹ ਦੀ ਜੋ ਗੱਲ ਸੀ
ਅਸਲੀ ਤਾਂ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ, ਪੰਜਾਬ ਦਾ ਰਾਜ ਹੈ, ਪਰ ਉਹਨੂੰ ਕਿਵੇਂ ਟੋਟੇ ਟੋਟੇ ਕਰ ਰਹੇ ਨੇ ਉਹਨੂੰ, ਹੁਣ ਤੋਂ ਇਹਨਾਂ ਨੇ ਬਣਾਇਆ ਹੋਇਆ ਹੈ ਸੈਂਟਰ ਦਾ ਕੇਂਦਰ ਪ੍ਰਸ਼ਾਸਨ, ਲੇਕਿਨ ਅਸਲੀ ਤੋਂ ਪੰਜਾਬ ਦੀ ਧਰਤੀ ਹੈ, ਪੰਜਾਬ ਦਾ ਪੰਜਾਬ ਦੀ ਰੂਹ ਹੈ, ਤੇ ਜੇ ਬੰਦਾ ਕੋਈ ਕਿਸੇ ਰੂਹ ਨਾਲ ਖਿੱਚ ਲੈ ਤੇ ਸਟੇਟ ਦੀ ਰੂਹ ਨੂੰ ਖਿੱਚ ਲੈ ਤੇ ਉਹਦਾ ਹਾਲ ਕੀ ਹੁੰਦਾ ਹੈ। ਇੱਕ ਪ੍ਰੋਗਰਾਮ ਤੋਂ ਇਹਨਾਂ ਦਾ ਇਹ ਸੀ ਅੰਦਰੂਨੀ ਖਬਰ ਦੀ ਮੈਂ ਤੁਹਾਨੂੰ ਦੱਸ ਦਿਆਂ ਕਿ ਪਾਕਿਸਤਾਨ ਸਿੱਖ ਔਰ ਪਾਕਿਸਤਾਨ ਮਿਲ ਗਏ ਤੇ ਹਮਲਾ ਕਰਨ ਤੇ ਪੂਰੇ ਸਿੱਖਾਂ ਨੂੰ ਪੂਰੇ ਪੰਜਾਬ ਨੂੰ ਖਤਮ ਕਰ ਦੋ। ਇਹ ਵੀ ਇੰਦਰਾ ਦਾ ਪਲਾਨ ਸੀ ਜੋ ਉਹਨੇ ਦੇਹਰਾਦੂਨ ਦੀ ਮਿਲਟਰੀ ਅਕਾਦਮੀ ਕਾਲਜ ਵਿੱਚ ਉਹਨਾਂ ਨੇ ਇੱਕ ਪਲਾਨ ਬਣਾਇਆ ਹੋਇਆ ਸੀ, ਉੱਥੇ ਇਸਦੇ ਰਿਸਰਚ ਕਰ ਰਹੇ ਸੀ, ਉਹ ਫੇਲ ਹੋ ਗਿਆ। ਵਰਨਾ ਤਾਂ ਸਿੱਖਾਂ ਦੀ ਆਬਾਦੀ ਇਹਨਾਂ ਨੇ ਬਿਲਕੁਲ ਮੁਕਾ ਦੇਣੀ ਸੀ, ਜੋ ਜਿੰਨੇ ਗੱਲੂ ਗੁਹਾਰੇ ਹੋਏ ਨੇ ਉਹਨਾਂ ਤੋਂ ਕਈ ਗੁਣਾ ਵੱਧ ਕਰਨਾ ਸੀ। ਇੱਕ ਰਾਤ ਵਿੱਚ ਹੀ ਕਿਵੇਂ ਅਰੇਂਜਮੈਂਟ ਹੋ ਗਿਆ, ਜਦੋਂ ਕਿ ਦਿੱਲੀ ਵਿੱਚ ਕਰਫਿਊ ਦਾ ਮਾਹੌਲ ਸੀ, ਸਾਰੀ ਸਗੇ ਮਤਲਬ ਬੰਦ, ਫਿਰ ਉਹਨਾਂ ਕੋਲ ਪੈਟਰੋਲ ਕਿੱਧਰ ਤੋਂ ਆ ਰਿਹਾ, ਉਹਨਾਂ ਕੋਲ ਲਾਠੀ ਸਰੀਏ ਡੰਡੇ ਕਿੱਧਰ ਆ ਰਹੇ, ਉਹਨਾਂ ਕੋਲ ਰੋਡ ਮੈਟਰ ਕਿੱਧਰ ਤੋਂ ਆ ਰਿਹਾ, ਉਹਨਾਂ ਨੂੰ ਉਹਨਾਂ ਕੋਲ ਪਾਊਡਰ ਕਿੱਧਰ ਤੋਂ ਆਇਆ, ਫਿਰ ਜਿੰਨੇ ਲੀਡਰ ਸੀ ਪੂਰੇ ਕਾਂਗਰਸੀ ਉਹ ਪੂਰਿਆਂ ਨੇ ਇਹ ਸਮਝੋ ਕਿ ਆਪਣੇ ਵਰਕਰਾਂ ਨੂੰ ਕੀ ਲਾਇਆ, ਜਿਸ ਤਰ੍ਹਾਂ ਨਾ ਕੋਈ ਇਲੈਕਸ਼ਨ ਕੰਪੇਨ ਕਰਦੇ ਨੇ ਜੀ, ਤੇ ਉਹ ਚਸਬੇ ਹੋਏ ਘਰ, ਚਸਬੇ ਹੋਏ ਘਰ, ਵੀ ਇਹ ਕਿਹੜਾ ਹੈ ਜਿਹਦੇ ਤੇ ਗੁਰਮੁਖੀ ਤੇ ਕੋਈ ਚੀਜ਼ ਲਿਖੀ ਹੋਈ ਹੈ, ਇਹ ਹੈ ਚਾਹੇ ਉਹ ਕੋਈ ਵੀ ਹੋ, ਯਾਨੀ ਉਹਨਾਂ ਨੇ ਪਛਾਣ ਦੇ ਤਰੀਕੇ ਬਣਾਏ ਨਾਲ। ਵੈਸੇ ਜਿੱਥੇ ਸਿੱਖ ਲੱਭਦਾ ਸੀ, ਸਿੱਖਾਂ ਦੀ ਪਛਾਣ ਤਾਂ ਵੱਖਰੀ ਹੈ ਹੀ ਹੈ, ਉਹਦੇ ਵਿੱਚ ਛੁਪਾਉਣ ਦੀ ਲੋੜ ਹੀ ਨਹੀਂ ਹੈ, ਤੇ ਗੁਰੂ ਸਾਹਿਬ ਨੇ ਬਣਾਇਆ ਵੀ ਇਸ ਕਰਕੇ ਸਿੱਖ ਛੁੱਪ ਨਾ ਸਕੇ, ਇਹਦੇ ਵਿੱਚ ਕੋਈ ਦੋਰਾਇ ਨਹੀਂ ਹੈ। ਤੇ ਉਹ ਹਰ ਚੀਜ਼ ਉਹਨਾਂ ਨੇ ਆਪਣੇ ਤਰੀਕੇ ਨਾਲ ਮੂਵਮੈਂਟ ਸ਼ੁਰੂਆਤ ਕੀਤੀ, ਔਰ ਉਹ ਸ਼ੁਰੂਆਤ ਬਿਲਕੁਲ ਤਰੀਕੇ ਨਾਲ ਕੀਤੀ, ਜਿਸ ਤਰ੍ਹਾਂ ਕੋਈ ਗੇਮ ਖੇਡੀ ਜਾਂਦੀ ਹੈ ਤੇ ਜਿੱਤੀ ਜਾਂਦੀ ਹੈ, ਉਹ ਤਰੀਕੇ ਨਾਲ ਇਹਨਾਂ ਨੇ ਕਤਲੇਆਮ ਕਰਵਾਇਆ। ਗਰਮਾਈ ਹੋਈ ਔਰ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਆਪਰੇਸ਼ਨ ਬਲੂ ਸਟਾਰ ਹੋਇਆ, 1984 ਦਾ ਸਿੱਖ ਕਤਲੇਆਮ ਹੋਇਆ, ਮਤਲਬ 33 ਸਾਲ ਬੀਤ ਗਏ ਇਸ ਚੀਜ਼ ਨੂੰ, ਕੀ ਉਹ ਸਿੱਖ ਮੁੱਦੇ ਅੱਜ ਹੱਲ ਹੋਏ ਜਾਂ ਹਜੇ ਵੀ ਪੈਂਡਿੰਗ ਨੇ? ਦੇਖੋ, ਹਰ ਮੁੱਦਾ ਪੈਂਡਿੰਗ ਪਿਆ ਹੈ ਤੇ ਔਰ ਅਸਲ ਹੋ ਕੀ ਰਿਹਾ ਹੈ, ਤੁਹਾਡੇ ਸਾਲ ਨਾਲ ਗੱਲ ਕਲੀਅਰ ਹੋ ਰਹੀ ਹੈ। ਤੇ ਪਹਿਲੇ ਜੋ ਪੰਜਾਬ ਦੀ ਵੰਡ ਉਹ ਉੱਥੇ ਰਹਿ ਗਈ, ਚੰਡੀਗੜ੍ਹ ਦਾ ਮਸਲਾ ਫਿਰ ਉੱਥੇ, ਫਿਰ ਕੋਈ ਅੱਗੇ ਹੋਰ ਆ ਜਾਂਦੀ ਹੈ ਪਾਣੀ ਦਾ ਮਸਲਾ, ਫਿਰ ਆ ਜਾਂਦਾ ਨਿਰੰਕਰ, ਯਾਨੀ ਕਿ ਜੋ ਇੱਕ ਤਰ੍ਹਾਂ ਫਾਈਲ ਦੱਬੀ ਹੈ ਨਾ ਥੱਲੇ ਪੇਪਰ ਤੇ ਆਇਆ, ਪਹਿਲੇ ਇੱਕ ਐਪਲੀਕੇਸ਼ਨ ਦਿੱਤੀ, ਉਹਦੇ ਤੇ ਦੂਸਰੀ ਆ ਗਈ, ਤੀਸਰੀ ਆ ਗਈ, ਚੌਥੀ ਆ ਗਈ, ਪੰਜਵੀਂ ਆ ਗਈ, ਇਸ ਤਰ੍ਹਾਂ ਜੋ ਫਾਈਲਾਂ ਦਾ ਢੇਰ ਜਿਸ ਤਰ੍ਹਾਂ ਹੁੰਦਾ ਹੈ, ਉਹ ਪਹਿਲੀ ਵਾਰੀ ਤੋਂ ਜੋ ਪਹਿਲਾਂ ਕੰਚਾ ਬੋਤਲ ਵਿੱਚ ਪਾਉਂਦੇ ਆ ਨਾ, ਉਹ ਤੋਂ ਲਾਸਟ ਵਿੱਚ ਨਿਕਲਦਾ ਹੈ, ਪਰ ਹਾਲੇ ਤੋਂ ਮੈਂ ਸਮਝਾਂ ਇਹਨਾਂ ਦੀ ਬੋਤਲ ਹੀ ਨਹੀਂ ਭਰੀ। ਇੱਕ ਚੀਜ਼ ਜਿਹੜੀ ਬੜੀ ਹੀ ਇੰਪੋਰਟੈਂਟ ਹੈ, ਉਹ ਪੁੱਛਣੀ ਵੀ ਬਣਦੀ ਹੈ, ਜਿਹੜੇ ਸਿੱਖ ਮੁੱਦੇ ਹੈ, ਜਿਹੜੀਆਂ ਸਰਕਾਰਾਂ ਹੋਈਆਂ ਉਸ ਵੇਲੇ ਦੀਆਂ, ਮੌਜੂਦਾ ਸਮਕਾਲੀ ਸਰਕਾਰਾਂ ਹੋਈਆਂ, ਉਸ ਸਮੇਂ ਦੀਆਂ ਸਰਕਾਰਾਂ ਹੋਈਆਂ, ਉਹਨਾਂ ਦਾ ਕੀ ਰੋਲ ਰਿਹਾ, ਉਹਨਾਂ ਦਾ ਕੀ ਯੋਗਦਾਨ ਰਿਹਾ, ਕੰਟਰੀਬਿਊਸ਼ਨ ਕੀ ਰਿਹਾ ਉਹਨਾਂ ਦਾ? ਦੇਖੋ, ਜਿੰਨੀ ਵੀ ਸਰਕਾਰਾਂ ਆਈਆਂ, ਇਹਨਾਂ ਦੀ ਛਣ ਛਣ ਕੇ, ਕਿਉਂਕਿ ਮੇਰੇ ਨਾਲ ਤਾਂ ਵਾਹ ਲੋਕਾਂ ਦਾ ਪੈਂਦਾ ਰਹਿੰਦਾ ਹੈ ਜੀ, ਚੰਗਿਆਂ ਦਾ ਵੀ ਤੇ ਮਾੜਾ ਦਾ ਵੀ, ਕਿਉਂਕਿ ਮੈਂ 33 ਸਾਲ ਤੋਂ ਐਸੀ ਸੇਵਾ ਚ, ਸਮਝੋ ਲੀਡਰੀ ਸਮਝ ਲਓ, ਚੰਗਾਈ ਸਮਝੋ, ਮੰਦਾਈ ਸਮਝੋ, ਇਹਦੇ ਉੱਤੇ ਮੈਂ ਜੁੜਿਆ ਜੁੜਿਆ ਜੀ। ਇਹ ਜਿੰਨੇ ਵੀ ਪ੍ਰਦਰਸ਼ਨ ਧਰਨੇ ਆਉਂਦੇ ਨੇ ਉਹਦੇ ਵਿੱਚ ਗੁਰੂ ਦੀ ਕਿਰਪਾ ਇਹ ਰਹੀ ਹੈ ਕਿ 90% ਦਾਸ ਦਾ ਰੋਲ ਰਿਹਾ, ਬਾਕੀ 10% ਆਰਗਨਾਈਜ਼ਰ ਕਰਦੇ, ਜਿਹਨਾਂ ਕੋਲ ਪੈਸਾ ਹੁੰਦਾ ਉਹ, ਔਰ ਆਰਗਨਾਈਜ਼ੇਸ਼ਨ ਨੇ ਬਿਨਾਂ ਛੱਡੇ ਕਰ, ਬਾਕੀ ਸਿੱਖ ਫਾਰ ਜਸਟਿਸ ਔਰ ਮੇਰੀ ਨੈਸ਼ਨਲ 1980 ਪਰਿਵਰਤਨ ਜਸਟਿਸ ਲੈਟਰ ਸੋਸਾਇਟੀ ਔਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਇਹ ਤਿੰਨ ਸੰਸਥਾਵਾਂ ਨੇ ਜਦੋਂ ਮੋਰਚਾ ਲਾਇਆ, ਜਦੋਂ ਇਹ ਗਵਾਹੀਆਂ ਸ਼ੁਰੂ ਹੋਈਆਂ ਮਨਮੋਹਨ ਸਿੰਘ ਨੇ, ਜੋ ਇਹ ਸੱਚੀ ਗੱਲ ਹੈ, ਬੇਸ਼ੱਕ ਇਹਨੂੰ ਪੌੜੀ ਲੱਗੇ ਤਾਂ ਜਾ ਲੱਗੇ, ਪਰ ਸੱਚਾਈ ਜੋ ਮੈਂ ਮਹਿਸੂਸ ਕੀਤੀ ਹੈ, ਇਹ ਸਾਰਾ ਮਨਮੋਹਨ ਸਿੰਘ ਜੀ ਕਰਕੇ ਇਹ ਕੇਸ ਚੱਲ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਦੁਖੀਆ ਜੀ, ਤੁਹਾਡਾ ਬਹੁਤ ਬਹੁਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰੇਡੀਓ ਡਾਕੂਮੈਂਟਰੀ ਏਤੀ ਮਾਰ ਪਈ ਕਰ ਲੈਣੇ ਤੈਂ ਕੀ ਦਰਦ ਨਾ ਆਇਆ ਦੇ ਤਹਿਤ ਤੁਸੀਂ ਬਾਬੂ ਸਿੰਘ ਦੁਖੀਆ ਦੇ ਨਾਲ ਮੁਲਾਕਾਤ ਸੁਣ ਰਹੇ ਸੀ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਸੀਨੀਅਰ ਜਰਨਲਿਸਟ ਜਤਿੰਦਰ ਪੰਨੂ ਜੀ ਨਾਲ ਕਰਵਾਵਾਂਗੇ। ਤਦ ਤੱਕ ਲਈ ਆਗਿਆ ਦੇ ਦਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।